अच्छा जी, कल फुफो जी गया सी बाजार ते बाजारों लेके आए है जी मिर्चां दी पनीरी। ते ऐ जी मिर्चां दी पनीरी है, ये दो गुटियां कि तीन गुटियां? चलो उठे जाके लग जांदा पता किन्नी है। ते ऐ जी बताऊं और टमाटर कल बीज होर सी तुहाडे कोल, ओ किथे? ओ ते मैं रख थे, तुसी कल कहंदे सी नहीं सी लगाउणे, ओ भी ले लो ना। पहले ये तां लाइए इन्हां ਪੱਪਾ ਜੀ ਕੋਲਾ ਤੇ ਹੀਰਾ ਰੋ ਰਹੀ ਹੈ ਵੀ ਮੰਮਾ ਪਾਪਾ ਕਿੱਥੇ ਚੱਲੇ, ਮੈਂ ਵੀ ਨਾਲ ਜਾਣਾ। ਪੱਪਾ ਕਹਿੰਦੇ ਮੈਂ ਤੈਨੂੰ ਚੀਜ਼ ਦਿੰਨੀ ਹੈ, ਕੇਲਾ ਦਿੱਤੀ ਹੈ ਤੁਸੀਂ ਅੱਗੇ ਪਿੱਛੇ ਮੇਰੇ ਕੋਲ ਆਉਂਦੇ ਨੇ, ਸੁਪਾ ਭੱਜ ਕੇ ਆ ਗਏ ਜਦੋਂ ਮੈਂ ਬੱਚਾ ਸਕੂਲ ਚੜਨ ਗਿਆ। ਉਹਨੂੰ ਪਤਾ ਸੀ ਨਾ ਬਾਬਾ ਕਾਰ ਤੇ ਚੱਲੇ। ਇੱਧਰ ਕੋਲ ਆ ਰਿਹਾ ਮੋਟਰ ਤੰਗ ਕਰਦੀ ਹੈ ਰਸਤੇ 'ਚ। ਅੱਛਾ ਜੀ, ਇਹ ਸਬਜ਼ੀਆਂ ਦੂਸਰੀਆਂ ਦੇ ਬੀਜ ਆ, ਲੋਬੀਆ ਆ, ਇਹ ਕਰੇਲੇ ਆ, ਕੱਦੂ ਆ, ਭਿੰਡੀ ਆ, ਇਹ ਟਿੰਡੇ ਜਿਹੜੇ ਹੈ ਨਾ ਉਹਨਾਂ ਨੂੰ ਨਾ ਦੁੱਧ 'ਚ ਭਿਗੋ ਕੇ ਰੱਖਣਾ ਵਾ। चलो कोई तो सब्जी हो ही जाएगी ना, कोई तो मुल ना ही लैनी पेगी। क्योंकि पानी जरा है ना नीचे आ रहा उसी, तो दूसरे प्याज जोड़े है ना ये पानी ना भरने से, तो वटा जड़िया है ना तर गई वा, बहुत ज्यादा जोड़ा है ना पानी बिच पै गया वा। तो हूँ प्लेट बदलन गए, प्लेट उपर न कर नीचे है सी बंद हो गया वा, तो हूँ पानी ने जाना वा उपर उपर लगाना वा कणक नू पानी, प्याजा नू भी पानी गया अलग। तो ये हूँ असी फड़ांगे ते लगावांगे प्याज। हाय 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 हाय, वैसे तो पानी निकल ही है लेकिन कोई गल नहीं, सर्दी जी तो खत्म हो गई हुई है हूँ, कोई नहीं दी ठंड। तो जो नहर का पानी बोर का वा निघा पानी है, तो असं हम दोनों लगावांगे सब्जियां। तो बहुती बहुती दुआ करो मेरे सारे व्यूअर्स, तो जड़िया साड़िया सब्जियां है ना ये ज़्यादा तो ज़्यादा हो जाए सारियाँ। चलो ਕਿਧਰੋਂ ਤੁਸੀਂ ਕਮੋ ਇਧਰੋਂ ਆ, ਅਸੀਂ ਪਾਣੀ ਸਾਲ ਉੱਤੀ ਆ ਨਾ, ਕੱਪੜੇ ਨਹੀਂ ਤੁਹਾਡੇ ਗਿੱਲੇ ਹੋਏ? ਦੇਖ ਲੈ ਪਾਣੀ ਥੋੜਾ ਸੀ ਨਾ ਜੀ ਬਹੁਤ। ਅੱਛਾ ਅੱਛਾ, ਤਾਂ ਹੀ ਨਹੀਂ ਗਿੱਲੇ ਹੋਏ? ਨਹੀਂ ਪਕਵੀ ਦਾ ਸਾਰੀ ਸੀ ਬਣਾਣ ਹੋਈ ਸੀ। ਅੱਛਾ ਚਲਾ ਜਾ, ਠੀਕ ਚਲੋ ਭੱਜੋ ਭੱਜੋ, ਤੁਸੀਂ ਨੇ ਵੀ ਪਾਣੀ ਲਾ ਕੇ, ਪੁਦੀਨੇ ਨੂੰ ਵੀ ਲਾ ਗਿਆ ਇਹ ਪੁਦੀਨਾ ਆ ਜਾਓ ਉਸ ਦਿਨ ਲੈ ਕੇ ਆਂਦਾ ਸੀ ਮੈਂ ਵਸ਼ੀ ਅੰਮੀ ਕੋਲੋਂ, ਤੇ ਉੱਪਰ ਜੀ ਇੱਥੇ ਲਗਾ ਕੇ ਗਏ ਸੀ। ਮਾਸ਼ਾਅੱਲਾ ਇਹ ਵੀ ਚੱਲ ਪਿਆ ਵਾ, ਸ਼ਾਖਾ ਨਿਕਾਲ ਰਿਹਾ ਵਾ ਜਿਵੇਂ ਉਹ ਕਹਿ ਕਰਿਆ। ਲਸਣ ਲਸਣ ਲਸਣ, ਅਤੇ ਤੁਸੀਂ ਜੀ ਇਹਦਾ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦੀ ਹਾਂ। ਇਹ ਜਿਹੜਾ ਖਾਲਾ ਨਾ ਨਵਾਂ ਬਣਾਇਆ ਸੀ, ਪਹਿਲੇ ਇੱਥੇ ਦਰਖਤ ਸੀ ਉਹ ਪੱਟ ਦਿੱਤੇ ਸੀ, ਅਤੇ ਦੁਬਾਰਾ ਫਿਰ ਨਾ ਪਹਿਲੇ ਇੱਥੋਂ ਵੀ ਖਾਲਾ ਸੀਗਾ ਅਤੇ ਹੁਣ ਇੱਧਰੋਂ ਦੀ ਨਜ਼ਦੀਕ ਤੋਂ ਦੀ ਕਰ ਲਿਆ ਵਾ। ਅਤੇ ਇਹਨਾਂ ਇਹ ਖਾਲਾ ਜਿਹੜਾ ਹੈ ਨਾ ਟੁੱਟ ਰਿਹਾ ਸੀ, ਅਤੇ ਮਾਮੂ ਜੀ ਨੇ ਖੱਗਲੀਆਂ ਸ਼ਾਖਾਂ ਕੁਛ ਨਾ ਸ਼ਾਖਾ ਨਹੀਂ ਦੂਸਰਾ ਸਿੱਟੀਆਂ ਇੱਥੇ ਸਿੱਟੀਆਂ ਸੀ ਇੱਥੇ, ਲੇਕਿਨ ਇਹ ਦੇਖੋ ਇੱਕ ਸ਼ਾਖ ਜਿਹੜੀ ਹੈ ਨਾ ਸ਼ਾਖਾ ਨਿਕਾਲ ਰਹੀ ਹੈ। ਕੀੜਾ ਲਗਾਇਆ ਸੀ ਇਹ ਵੀ ਸ਼ਾਖਾ ਨਿਕਾਲ ਲੱਗਿਆ ਵਾ। ਅੱਛਾ ਜਿਵੇਂ ਮੈਂ ਪਾਣੀ ਵਿੱਚ ਦੀ ਜਾ ਰਹੀ ਹਾਂ, ਗਰਮ ਨਿੱਕਾ ਪਾਣੀ ਹੈ ਬੋਰਦਾ ਨਾ, ਉਸ ਰਾਤ ਨੂੰ ਨਾ ਸਾਡੀ ਪਾਣੀ ਦੀ ਵਾਰੀ ਸੀਗੀ, ਅਤੇ ਪਾਣੀ ਲਗਾਇਆ ਬਾਈ ਅਬਾਸ ਨੇ ਅਤੇ ਨਾਲ ਨਾ ਟੂਬਲ ਨਹੀਂ ਚਲਾਇਆ, ਅਤੇ ਕਹਿੰਦੇ ਇੰਨਾ ਠੰਡਾ ਪਾਣੀ ਸੀ, ਇੰਨਾ ਠੰਡਾ ਪਾਣੀ ਸੀ ਸਰਦੀ ਲੱਗਣੀ ਸ਼ੁਰੂ ਹੋ ਗਈ। ਮੈਂ ਤਿਲਕ ਹੀ ਨਾ ਜਾਵਾਂ ਕਿਤੇ, ਇਹ ਨਾ ਹੋਵੇ ਮੈਂ ਖੁਦ ਵੀ ਗਿਰੀ ਹੋਵਾਂ ਅਤੇ ਫੋਨ ਵੀ ਆਪਣਾ ਪਾਣੀ 'ਚ ਪਿਆ ਹੋਵੇ, 2-2.5 ਲੱਖ ਦਾ ਮੈਂ ਨੁਕਸਾਨ ਕੀਤੀ ਖੜੀ ਹੋਵਾਂ। ਦੇਖਿਓ ਸਹੀ ਆਪਣਾ ਫੋਨ ਪਕੜ ਲਓ ਭਾਈ, ਮੇਰਾ ਕੋਈ ਜੁਮਾ ਨਹੀਂ। ਇਹ ਹੁਣ ਪਾਣੀ ਜੀ ਜ਼ਿਆਦਾ
ਪੈ ਗਿਆ ਵਾ ਪਿਆਜ਼ਾਂ 'ਚ ਅਤੇ ਜਵੇਦ ਹੁਣ ਸਬਜ਼ੀ ਨੂੰ ਪਾਣੀ ਛੱਡਣ ਲੱਗੇ ਇਹ ਮੂਲੀਆਂ ਤਾਂ ਤੁਸੀਂ ਬਾਹਰ ਲਿਜਾ ਕੇ ਛੱਡ ਦਿੰਦੇ ਟਿੱਬੇ 'ਤੇ ਇਹ ਮੂਲੀ ਕੱਲ੍ਹ ਪੱਟਦਾ ਰਿਹਾ ਮੈਂ ਇਹ ਵੀ ਇੱਥੇ ਰੱਖੀਆਂ ਵਾ ਉਹ ਸੁੱਕੀਆਂ ਉਹ ਵੀ ਪਰੇ ਕਰ ਦਿਓ ਤੁਹਾਡੇ ਪੁੱਤ ਦੇ ਕੰਮ ਅਤੇ ਇਹ ਪੱਠਿਆਂ ਦੀ ਢੇਰੀ ਨਾ ਜਵੀ ਦੀ ਇਹ ਮੋਈ ਜੀ ਨੇ ਕੱਲ੍ਹ ਥੋੜ੍ਹੀ ਜਿਹੀ ਵੱਡੀ ਸੀ ਅਤੇ ਹੁਣ ਚਲ ਗਏ ਹੋਏ ਆ ਸਕੂਲ ਦੂਸਰੀ ਸਬਜ਼ੀ ਨੂੰ ਵੀ ਪਾਣੀ ਪੈ ਜਾਏਗਾ ਇਹ ਲਸਣ ਨੂੰ ਔਰ ਧਨੀਆ ਉੱਪਰੋਂ ਅਸੀਂ ਸਾਰਾ ਨਾ ਵੱਢ ਲਿਆ ਸੀ ਕਿਹਾ ਦੁਬਾਰਾ ਫਿਰ ਸ਼ਾਖਾ ਨਿਕਾਲੇਗਾ ਅਤੇ ਉਹ ਜਿਹੜਾ ਧਨੀਆ ਆਇਆ ਸੀ ਨਾ ਉਹਨੇ ਨਿਸਰ ਜਾਣਾ ਸੀ ਇਸ ਕਰਕੇ ਅਸੀਂ ਹੋਰ ਨਹੀਂ ਲਗਾਇਆ ਅਤੇ ਇਹਨੂੰ ਹੀ ਉੱਪਰੋਂ ਨਾ ਕੱਟਤਾ ਵਾ ਅਤੇ ਹੁਣ ਸ਼ਾਖਾ ਨਿਕਾਲੂਗਾ ਅਤੇ ਮੇਥੀ ਜਿਹੜੀ ਹੈ ਨਾ ਇਹਨੂੰ ਵੀ ਕੱਟਾਂਗੇ ਔਰ ਪਾਲਕ ਨੂੰ ਵੀ ਅੱਛਾ ਜੀ ਬਿਸਮਿਲ੍ਲਾ ਪੜੀਏ ਹੁਣ ਅੱਛਾ ਠੀਕ ਆ ਲਿਆਓ ਪਹਿਲਾਂ ਦੇਖੀ ਤੁਸੀਂ ਸ਼ਾਪ ਖੋਲ੍ਹ ਕੇ ਹੈ ਕਿਹੜੀ ਕਿਹੜੀ ਚੀਜ਼ ਆਹ ਲਓ ਆਹ ਲਓ ਆਹ ਲਓ ਦੇਖੋ ਤੁਸੀਂ ਇੱਥੇ ਬੈਠ ਕੇ ਤੁਹਾਡਾ ਮੈਂ ਕਲਿੱਪ ਐਡ ਕਰਦੀ ਹਾਂ ਅਤੇ ਤੁਸੀਂ ਦੇਖੋ ਜੀ ਪਾਣੀ ਜਾ ਰਿਹਾ ਹੁਣ ਮਿਰਚਾਂ ਤਾਂ ਵਾਹਵਾ ਹੀ ਤੁਸੀਂ ਮੰਗਵਾ ਲਈਆਂ ਅੱਛਾ ਜੀ ਮੰਗਵਾ ਲਈਏ ਚਲੋ ਮਿਰਚਾਂ ਦੀ ਪਨੀਰੀ ਆ ਦੋ ਗੁੱਟੀਆਂ ਦੋ ਗੁੱਟੀਆਂ ਇਹ 200 ਦੀਆਂ ਹੋਏ ਹੋਏ 200 ਦੀਆਂ ਹੁਣ ਚੱਲ ਪੈਣ ਨਾਲ ਜੀ ਹੈਗੇ ਆ ਬਤਾਊ ਔਰ ਟਮਾਟਰ ਹਾਂਜੀ ਟਮਾਟਰ ਔਰ ਬਤਾਊ ਆਹ ਥੋੜ੍ਹੀਆਂ ਲਿਆਉਂਦੀਆਂ ਬਤਾਊ ਜੇ ਚੱਲ ਪੈਣਾ ਇਹ ਹੀ ਮੂੰਹ ਪਵਾ ਦਿੰਦੇ ਫਿਰ ਤੁਸੀਂ ਪਤਾ ਕਿਆ ਕਰਨਾ ਇਹਦੇ 'ਚ ਹੈਗੇ ਕਿੰਨੀਆਂ 1 2 3 4 5 5 4 4 5 5 ਸ਼ਾਖਾ ਫਿਰ ਤੁਸੀਂ ਪਤਾ ਕੀ ਕਿਆ ਕਰਨਾ ਫਿਰ ਤੁਸੀਂ ਕਹਿਣਾ ਅਸੀਂ ਰੋਜ਼ਾਨਾ ਬਤਾਊਂ ਪਕਾ ਲੈਂਦੀ ਹਾਂ ਨਹੀਂ ਪਹਿਲਾਂ ਆਹ ਲਾ ਲਈਏ ਹਾਂਜੀ ਮੈਂ ਚਲਾਉਂਦੇ ਹਾਂ ਠੀਕ ਆ ਚਲੋ ਠੀਕ ਆ ਆ ਸੁੱਕੀਆਂ ਸਬਜ਼ੀਆਂ ਪਰੇ ਕਰ ਦਿਓ ਇਹਨਾਂ ਹੋਵੇ ਪਾਣੀ ਇਹਨਾਂ 'ਚ ਪੈ ਜਾਵੇ ਪਾਣੀ ਇੱਧਰ ਆਉਂਦਾ ਹੀ ਨਹੀਂ ਚਲੋ ਟਮਾਟਰਾਂ ਦੀਆਂ ਵੀ ਦੋ ਗੁੱਟੀਆਂ ਇੱਕ ਗੁੱਟੀ ਮੈਨੂੰ ਦਿਓ ਨਾ ਖੋਲ੍ਹ ਕੇ ਇੱਕ ਤੁਸੀਂ ਲਗਾਓ ਇੱਕ ਦੇ ਵਿੱਚ ਬਿਲਕੁਲ ਜੀ ਅਗਰ ਆਪਣੀ ਘਰ ਦੀ ਸਬਜ਼ੀ ਹੋ ਜਾਏ ਨਾ 3-4 ਬੂਟੇ ਤੇ ਇਹਦੀ ਵਰਗੀ ਮੌਜ ਹੀ ਕੋਈ ਨਹੀਂ ਹੈਗੀ ਆਏ ਹਾਏ ਹਾਏ ਫਰੈਸ਼ ਫਰੈਸ਼ ਸਬਜ਼ੀ ਤੋੜੋ ਤੇ ਬਿਲਕੁਲ ਪਕਾ ਲਓ ਕਿਆ ਕਹਿਣੇ ਆ ਤੇ ਕਿਆ ਮੁੱਲ ਲਓ ਜੀ ਆ ਇੱਕੋ ਹੀ ਆ ਹੈ ਆ ਇੱਕ ਹੀ ਆ ਕਰ ਲਓ ਕਿਉਂ ਭਾਂਡਾ ਹੈ ਇੱਕ ਆ ਦੇਖ ਲਓ ਕੋਈ ਸ਼ਾਖ ਨਹੀਂ ਇਹਦੀ ਹੋਰ ਸੱਚਵੇਂ ਦੇਖ ਲਓ ਇੱਕ ਆ ਇੱਕ ਬੂਟਾ ਅੰਮੀ ਹੁਣ ਪਤਾ ਨਹੀਂ ਹੋਰ ਹੀ ਨਹੀਂ ਕੀਤੇ ਚੱਲ ਜੇ ਠੀਕ ਆ ਨਾ ਨਹੀਂ ਇਹ ਨਹੀਂ ਇੱਕ ਹੁਣ ਤੁਸੀਂ ਚੈੱਕ ਤੇ ਕਰੋ ਹਾਂਜੀ ਇਹ 4 ਚਲੋ 4 ਆ ਅਗਰ ਚਾਰੇ ਚੱਲ ਪਏ ਨਾ ਤਾਂ ਇਹਨੇ ਧੋਖਾ ਦਿੱਤਾ ਅੱਛਾ ਕੋਈ ਨਹੀਂ ਸਿਹਤਮੰਦ ਵੈਸੇ ਬੂਟਾ ਹਾਂਜੀ ਤੁਸੀਂ ਤੇ ਆਪਣਾ ਕੰਮ ਨਵੇੜ ਲਿਆ ਇੱਕੋ ਹੀ ਬੂਟਾ ਤੇ ਉਹ ਜਿਹੜੇ ਪਤਾ ਨਹੀਂ ਆਪਣੇ ਖੋਲੇ ਆ ਤੇ ਮੇਰੇ ਨਹੀਂ ਖੋਲੇ ਹੈਗੇ ਬੂਟੇ ਇਹ ਹੀ ਇੱਕ 2 ਆ 2 ਕਿੱਥੇ ਆ ਦੇਖੋ ਇੱਕ ਸ਼ਾਖ ਸ਼ਾਖ ਨੂੰ ਕੀ ਕਰਨਾ ਆਹ ਦੇਖੀ ਇਹ ਤੇ ਜੜ ਇੱਕ ਆ ਨਾ ਇੱਕ ਆਹ ਦੇ ਜੜ ਉਹਨਾਂ ਨੇ ਵੀ ਇੱਕ ਹੀ ਇਹਨੂੰ ਵਾਲਤਾ ਵੀ ਉਹਨਾਂ ਨੇ ਪਤਾ ਨਹੀਂ ਇਹਦੇ ਕਿੰਨੇ ਪੈਸੇ ਲਏ ਹੋਣੇ ਅੱਛਾ ਜੀ ਬਿਸਮਿਲ੍ਲਾ ਪੜਦੇ ਆ ਹੁਣ ਇਹਨਾਂ ਨੂੰ ਲਗਾਉਣੇ ਸ਼ੁਰੂ ਕਰਦੇ ਉਹ ਜਿਹੜਾ ਇੱਕ ਵਿੱਚੋਂ ਨਿਕਲਿਆ ਤੁਸੀਂ ਲਗਾਤਾ ਹਾਂਜੀ ਉਹ ਲਗਾ ਦਿੱਤਾ ਮੈਂ ਕਿੱਥੇ ਲਗਾਇਆ ਆ ਸ਼ੁਰੂਆਤ ਮੈਂ ਹੀ ਕਰ ਦਿੱਤੀ ਚਲੋ ਅੱਛੀ ਗੱਲ ਆ ਹਾਂ ਸ਼ਾਇਦ ਮਿਰਚ ਸੀ ਅੱਛਾ ਜੀ ਇਹ ਇੱਕ ਹੀ ਪੌਦਾ ਵਾ ਤੇ ਇਹਨੂੰ ਹੁਣ ਲਗਾਉਣੇ ਆ ਇੱਕ ਹੀ ਪੌਦਾ ਸਾਰੇ ਘਰ ਵਾਲਿਆਂ ਕੋਲ ਇਹ ਖਤਮ ਹੋਣਾ ਇੱਥੇ ਨਹੀਂ ਆਉਣਾ ਮਿੱਟੀ ਨਾਲ ਲਗਾ ਦਿਓ ਮਿੱਟੀ ਤੇ ਲਗਾਉਣੀ ਪੈੜੀ ਤਾਂ ਆਖੇ ਚਲੋ ਬਸ ਕਰੋ ਬਹੁਤ ਡੂੰਗਾ ਵੀ ਨਾ ਕਰੋ ਨਾ ਪਾਣੀ ਵੀ ਬੜਾ ਪਾਤਾ ਤੁਸੀਂ ਪਾਣੀ ਨਿਕਲ ਜਾਣਾ ਸਾਰਾ ਖਤਮ ਹੋ ਜਾਣਾ ਉਹਨੇ ਉਹ ਪਰਲੀ ਸਾਈਡ ਤੋਂ ਨਾ ਵਟਾ ਰਹਿ ਜਾਂਦੀ ਉਸ ਸਾਈਡ ਤੋਂ ਜਗ੍ਹਾ ਉੱਚੀ ਹੈ ਨਾ ਤਾਂ ਕਰਕੇ ਕਿੰਨੇ ਕਿੰਨੇ ਫਾਸਲੇ ਤੇ ਲਗਾਵੋ 2-2 ਫੁੱਟ ਤੇ ਲਾ ਦੇ ਬਸ ਆਂ ਇਸੇ ਤੇ ਲਾ ਦਿਓ ਪਿਆਜ਼ਾਂ ਦੇ ਦਰਮਿਆਨ ਚ ਲਾਈ ਨਾ ਮੈਨੂੰ ਪਤਾ ਹੈ ਜੀ ਮੈਂ ਕਿਹਾ ਕੀ ਪਤਾ ਨਾ ਪਤਾ ਹੋਵੇ ਦੱਸਣਾ ਪੈਂਦਾ ਪਤਾ ਹੀ ਨਾ ਲਓ ਜੀ ਨਹੀਂ ਪਤਾ ਨਾ ਉਹ ਥੋੜੇ ਪਰੇ ਨਾ ਲਾਉਣਾ ਸੀ ਨਹੀਂ ਹਾਂ ਚਲੋ ਬਸ ਠੀਕ ਹੈ ਫੇ ਅੱਛਾ ਜੀ ਮਿਰਚਾਂ ਦੇ ਲੱਗੀ ਲਗਾ ਦਾ ਲਗਾ ਦੋ ਬਸ ਇਸੇ ਵਾਟ ਤੇ ਜਾਣ ਦੋ ਇਹ ਸਾਰੇ ਹੋਰ ਲਿਆਓ ਚੱਕ ਚਲੋ ਮੈਂ ਆਇਆ ਲੈ ਕੇ ਤੁਸੀਂ ਮਿਰਚਾਂ ਲਗਾਓ ਇਹਨਾਂ ਨੂੰ ਲੈ ਲਓ ਚਲੋ ਠੀਕ ਹੋ ਗਿਆ ਨਾ ਪਿਕਰ ਸੀ ਹਾਂ
सुबह सुबह का टाइम है तो आज ना निहार छिलका भेक रख दी रात में तो सुबह वो पीती है आप चाय पीनी होंगी है तो इस वीडियो का एंड करते अपना बहुत सारा ख्याल रखे और अपने वाले अपना करना भी।